भारतीय सेना के 39 फील्ड रेजिमेंट के शौर्य चक्र विजेता शहीद सिपाही जसबीर सिंह का दूसरा बलिदान दिवस शहीद की यूनिट के सूबेदार पूर्ण सिंह की अध्यक्षता में गांव वेई पुई में बलिदानी के निवास स्थान पर आयोजित किया गया, जिसमें शहीद सैनिक परिवार सुरक्षा परिषद के महासचिव कुंवर रविंद्र सिंह विकी बतौर मुख्य मेहमान के तौर पर शामिल हुए। इनके अलावा शहीद का पूरा परिवार इस मौके पर उपस्थित था। वहीं बलिदानी को श्रद्धा सुमन अर्पित किए गए। सर्वप्रथम श्री अखंड पाठ साहिब का भोग डालते हुए रागी जत्थे द्वारा बैराग में कीर्तन कर शहीद को नमन किया गया। श्रद्धांजलि समारोह को संबोधित करते हुए मुख्य अतिथि कुंवर रविंद्र सिंह विकी ने कहा कि पंजाब वीरों की जन्मभूमि है, जिसने जसबीर जैसे असंख्य लाल इस राष्ट्र की एकता एवं अखंडता को बरकरार रखने हेतु कुर्बान कर दिए। उन्होंने कहा वह इस गांव की बलिदानी मिट्टी को शत शत नमन करते हैं, जिसने 2 साल पहले सिपाही जसबीर सिंह तथा 7 साल पहले सूबेदार परमजीत सिंह जैसे दो योद्धा इस देश की बलिवेदी पर कुर्बान किए। ब्यूरो रिपोर्ट, केआरटी न्यूज नेटवर्क। मेरा बेटे 2 साल हो गए, साल तो दिती नू दे गया देश बदले, पर मेनू ओहदा माण भी बहुत ज्यादा ते दुख भी है ते माण भी आ। ਹਾਂਜੀ ਵੀ ਜੀ, ਇਹ ਸ਼ਹੀਦ ਸਮਰਾ ਚੱਕਰ ਜਸਬੀਰ ਸਿੰਘ ਬਹੁਤ ਹੀ ਵਧੀਆ ਤੇ ਨਾਈਸ ਪਰਸਨ ਸੀ, ਬਹੁਤ ਹੀ ਦਲੇਰ ਬੰਦਾ ਸੀ। ਇਸਨੇ ਸ਼ੁਰੂ ਤੋਂ ਹੀ ਬੜਾ ਨਾਈਸ ਤੇ ਫੌਜ ਦੇ ਵਿੱਚ ਜਦੋਂ ਤੋਂ ਆਇਆ ਤੇ ਬੰਦੇ ਦੇ ਨੇਚਰ ਤੋਂ ਹੀ ਪਤਾ ਚੱਲ ਜਾਂਦਾ ਕਿ ਉਹ ਕਿਸ ਤਰ੍ਹਾਂ ਦਾ ਉਹਦਾ ਸੁਭਾਅ ਸੀ। ਬਹੁਤ ਹੀ ਹਸਮੁਖ ਤੇ ਦੇਸ਼ ਪ੍ਰਤੀ ਪ੍ਰੇਮ ਕਰਨ ਵਾਲਾ ਬੰਦਾ ਸੀ ਤੇ ਸਾਡੀ ਯੂਨਿਟ ਨੂੰ ਬਹੁਤ ਮਾਣ ਹੈ ਸ਼ਹੀਦ ਦੇ ਉੱਤੇ। ਸੋ ਸਾਡੀ ਯੂਨਿਟ ਸਦਾ ਹੀ ਸ਼ਹੀਦ ਦੇ ਲਈ ਖੜੀ ਹੈ, ਹਮੇਸ਼ਾ ਹੀ ਇਸ ਪਰਿਵਾਰ ਦੇ ਨਾਲ ਸਾਥ ਦਿੰਦੀ ਰਹੇਗੀ। ਤੋ ਮੈਂ ਆਪਣੇ ਸੀਓ ਸਾਹਿਬ ਸੁਖਦਰ ਮੇਜਰ ਸਾਹਿਬ ਦਾ ਬਹੁਤ ਧੰਨਵਾਦ ਕਰਦਾ ਜੋ ਉਹਨਾਂ ਨੇ ਸਾਨੂੰ ਇਸ ਸ਼ਹੀਦ ਦੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਦੀ ਅਤੇ ਸੇਵਾ ਸੰਭਾਲ ਦੀ ਸਾਨੂੰ ਇੱਥੇ ਭੇਜਿਆ। ਸੋ ਇਸੇ ਤਰ੍ਹਾਂ ਹੀ ਸਾਡੀ ਯੂਨਿਟ ਹਮੇਸ਼ਾ ਹੀ ਸ਼ਹੀਦਾਂ ਦਾ ਸਤਿਕਾਰ ਕਰਦੀ ਹੈ। 1965-1971 ਦੇ ਵਿੱਚ ਵੀ ਸਾਡਾ ਬਹੁਤ ਹੀ ਵਿਸ਼ੇਸ਼ ਯੋਗਦਾਨ ਰਿਹਾ ਹੈ। ਸੋ ਉਹਨਾਂ ਦੀ ਸ਼ਹੀਦਾਂ ਨੂੰ ਵੀ ਬਿਲਕੁਲ ਹੀ ਬਹੁਤ ਹੀ ਵਧੀਆ ਤਰੀਕੇ ਨਾਲ ਉਹਨਾਂ ਦਾ ਸਨਮਾਨ ਕੀਤਾ ਜਾਂਦਾ ਹੈ। ਸੋ ਅੱਜ ਅਸੀਂ ਅਮਰ ਸ਼ਹੀਦ ਜਸਬੀਰ ਸਿੰਘ ਦੀ ਬਰਸੀ 'ਤੇ ਆਏ ਹਾਂ। ਜੋ ਹੋਰ ਵੀ ਸ਼ਹੀਦਾਂ ਦੇ ਪਰਿਵਾਰ ਇੱਥੇ ਆਏ ਨੇ, ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਸੋ ਪਰਮਾਤਮਾ ਚੜ੍ਹਦੀ ਕਲਾ 'ਚ ਰੱਖੇ, ਵਾਹਿ ਖਾਲਸਾ ਵਾਹਿ ਗੁਰੂ ਫਤਿਹ। ਆਜ ਸ਼ਹੀਦ ਸਿਪਾਹੀ ਜਸਬੀਰ ਸਿੰਘ ਦਾ ਦੂਸਰਾ ਬਲੀਦਾਨ ਦਿਵਸ ਉਨਕੇ ਗਾਓਂ ਬੇਈ ਪੁਈ ਜ਼ਿਲ੍ਹਾ ਤਰਨ ਤਾਰਨ ਮੇਂ ਆਯੋਜਿਤ ਕੀਆ ਗਿਆ। ਸਿਪਾਹੀ ਜਸਬੀਰ ਸਿੰਘ ਬਹੁਤ ਹੀ ਬਹਾਦਰ ਯੋਧਾ ਥੇ, ਜਿਨ੍ਹਾਂ ਨੇ ਅੱਜ ਸੇ 2 ਸਾਲ ਪਹਿਲੇ ਜੰਮੂ ਕਸ਼ਮੀਰ ਕੇ ਅਨੰਤਨਾਗ ਮੇਂ ਪਾਕਿਸਤਾਨੀ ਅੱਤਵਾਦੀਓ ਕੇ ਸਾਥ ਲੜਤੇ ਹੋਏ ਆਪਣਾ ਬਲੀਦਾਨ ਦੇ ਕਰ ਵੀਰਤਾ ਕੇ ਜੋਹਰ ਦਿਖਾਏ ਥੇ। ਜਿਨ੍ਹਾਂ ਕੀ ਵੀਰਤਾ ਕੋ ਦੇਖਤੇ ਹੋਏ ਦੇਸ਼ ਕੀ ਤਤਕਾਲੀਨ ਰਾਸ਼ਟਰਪਤੀ ਨੇ ਉਹਨੇ ਮਰਨ ਉਪਰੰਤ ਸ਼ੌਰਯ ਚੱਕਰ ਸੇ ਸਨਮਾਨਿਤ ਕੀਆ। ਅੱਜ ਖੇਤਰ ਕੇ ਲੋਗੋਂ ਨੇ ਉਨਕੇ ਬਲੀਦਾਨ ਕੋ ਸਜਦਾ ਕੀਆ, ਨਮਨ ਕੀਆ। ਜੇ ਗਾਓਂ ਬੇਪੁਈ ਜਿਸੇ ਸ਼ਹੀਦੋਂ ਕੇ ਨਾਮ ਸੇ ਜਾਣਾ ਜਾਤਾ ਹੈ, ਕਿਉਂਕਿ ਇਸ ਗਾਓਂ ਕੇ ਸੂਬੇਦਾਰ ਪਰਮਜੀਤ ਸਿੰਘ ਜਿਨ੍ਹਾਂ ਨੇ ਅੱਜ ਸੇ 7 ਸਾਲ ਪਹਿਲੇ ਜੰਮੂ ਕਸ਼ਮੀਰ ਮੇਂ ਹੀ ਆਪਣਾ ਬਲੀਦਾਨ ਦੇ ਦਿਆ ਥਾ, ਔਰ ਪਾਕਿਸਤਾਨ ਕੀ ਬੈਡ ਟੀਮ ਨੇ ਉਨਕਾ ਸਿਰ ਜੋ ਹੈ ਕਲਮ ਕਰਕੇ ਵੀ ਆਪਣੇ ਸਾਥ ਲੈ ਗਏ ਥੇ। ਔਰ ਉਹ ਇਹ ਗਾਓਂ ਹੈ, ਇੱਕ ਘਿਨੌਣੀ ਹਰਕਤ ਉਸ ਵਕਤ ਪਾਕਿਸਤਾਨ ਕੀ ਬੈਡ ਟੀਮ ਦੁਆਰਾ ਕੀ ਗਈ ਥੀ। ਐਸੇ ਯੋਧਾ ਦੇਸ਼ ਕੀ ਭਾਵੀ ਪੀੜ੍ਹੀ ਕੇ ਲਈ ਪ੍ਰੇਰਨਾ ਸਰੋਤ ਹੈ। ਲੇਕਿਨ ਅੱਜ ਦੁੱਖ ਕੇ ਸਾਥ ਮੁਝੇ ਕਹਿਣਾ ਪੜ ਰਿਹਾ ਹੈ ਕਿ ਦੋ ਸ਼ਹੀਦ ਇਸ ਗਾਓਂ ਨੇ ਦੇਸ਼ ਪਰ ਕੁਰਬਾਨ ਕਰ ਦੀਏ। ਇਸ ਗਾਓਂ ਕਾ ਨਾਮ ਰਾਸ਼ਟਰਪਤੀ ਭਵਨ ਤੱਕ ਤੋਂ ਪਹੁੰਚ ਗਿਆ, ਲੇਕਿਨ ਸਮੇਂ ਕੀ ਸਰਕਾਰੋਂ ਨੇ ਇਨ ਦੋਨੋਂ ਯੋਧਾਓਂ ਕੀ ਯਾਦ ਮੇਂ ਕੋਈ ਵੀ ਯਾਦਗਾਰ ਇਸ ਗਾਓਂ ਮੇਂ ਨਹੀਂ ਬਣਾਈ, ਜਿਸਸੇ ਜੋ ਹੈ ਸ਼ਹੀਦ ਪਰਿਵਾਰੋਂ ਕੀ ਭਾਵਨਾਏ ਆਹਤ ਹੈ। ਮੇਰੀ ਸਰਕਾਰੋਂ ਸੇ ਅਪੀਲ ਹੈ, ਜਿਨ ਯੋਧਾਓਂ ਨੇ ਜਿਨ ਵੀਰ ਸੈਨਿਕੋਂ ਨੇ ਦੇਸ਼ ਕੇ ਆਨੇ ਵਾਲੇ ਕੱਲ ਕੇ ਲਈ ਆਪਣਾ ਆਜ ਕੁਰਬਾਨ ਕਰ ਦਿਆ, ਉਨਕੀ ਯਾਦਗਾਰੇ ਬਣਾਕਰ ਇੱਕ ਐਸਾ ਨੇਕ ਕੰਮ ਕਰ ਜਾਏ ਕਿ ਇਸ ਗਾਓਂ ਕੀ ਆਨੇ ਵਾਲੀ ਨਸਲੇ ਆਨੇ ਵਾਲੀ ਪੀੜ੍ਹੀਆਂ ਜੋ ਹੈ ਇਨ ਯੋਧਾਓਂ ਕੇ ਬਲੀਦਾਨ ਸੇ ਪ੍ਰੇਰਨਾ ਲੈਤੇ ਰਹੇ। ਇੱਕ ਵਾਰ ਫਿਰ ਮੈਂ ਇਸ ਪ੍ਰਾਂਗਣ ਕੀ ਵੀਰ ਭੂਮੀ ਕੋ ਕੋਟ ਕੋਟ ਪ੍ਰਣਾਮ ਕਰਤਾ ਹੂੰ, ਉਸ ਮਾਂ ਕੋ ਨਮਨ ਕਰਤਾ ਹੂੰ, ਉਸ ਪਿਤਾ ਕੋ ਨਮਨ ਕਰਤਾ ਹੂੰ, ਜਿਸ ਪਿਤਾ ਨੇ ਅੱਜ ਸੇ 2 ਸਾਲ ਪਹਿਲੇ ਆਪਣਾ ਲਾਲ ਦੇਸ਼ ਪਰ ਕੁਰਬਾਨ ਕਰ ਦਿਆ। ਧੰਨਵਾਦ। ਜੈ ਹਿੰਦ, ਜੈ ਭਾਰਤ।